ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ। ਖਬਰ 'ਤੇ ਨਜ਼ਰ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ, ਜਾਣਦੇ ਹਾਂ ਹਾਲ ਪੰਜਾਬ ਦਾ, ਭਾਰਤ ਦਾ ਕੀ ਕੁਛ ਉੱਥੇ ਵਾਪਰ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਟਲੈਰੀ ਟਰੱਕ ਐਂਡ ਅ ਟ੍ਰੇਲਰ ਰਿਪੇਅਰ ਵਾਲੇ ਐਂਡ ਟਰੱਕ ਵਾਸ਼ ਵਾਲੇ, ਜਿਨ੍ਹਾਂ ਦਾ ਐਡਰੈਸ 3550 SK ਸਟਰੀਟ ਟੋਲੈਰੀ, ਫੋਨ ਨੰਬਰ 5596851260। ਜੇ ਤੁਹਾਨੂੰ ਟਰੱਕ ਟ੍ਰੇਲਰ ਦੇ ਰਿਪੇਅਰ ਦੀ ਲੋੜ ਆ ਤਾਂ ਤੁਸੀਂ ਉਹਨਾਂ ਕੋਲ ਜਾ ਸਕਦੇ ਹੋ। ਵੱਡੇ ਤੋਂ ਵੱਡਾ ਅਤੇ ਛੋਟੇ ਤੋਂ ਛੋਟਾ ਕੰਮ ਕਰਦੇ ਨੇ ਅਤੇ ਟਰੱਕ ਵਾਸ਼ ਵੀ ਉੱਥੋਂ ਕਰਵਾ ਸਕਦੇ ਹੋ ਜੀ। ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਜੱਸੀ ਗਿੱਲ ਬੇਕਰਸਫੀਲ ਤੋਂ, ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਸੁੱਚਾ ਸਿੰਘ ਜੀ ਫਰੈਜ਼ਨਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਅਸ਼ਾਂਤਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ, ਸਭ ਤੋਂ ਪਹਿਲਾਂ ਆਪਾਂ ਜਿਹੜੇ ਥਰਮਲ ਪਲਾਂਟ ਆ ਜਿੱਥੇ ਹਨੇਰਾ ਹੋਣ ਵਾਲਾ ਆ ਅਗਲੇ ਸਾਲ ਤੋਂ, ਨਵੇਂ ਸਾਲ ਤੋਂ ਹੀ, ਉਹਨਾਂ ਦੀ ਗੱਲ ਕਰਦੇ ਹਾਂ। ਜੀ, ਇਹ ਮਾਮਲਾ ਤਾਂ ਵੈਸੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਇੱਥੋਂ ਬਿਜਲੀ ਜਿਹੜੀ ਹੈ ਜੀ, ਇੱਕ ਤਾਂ ਇਹਦਾ ਇੱਕ ਪੁਆਇੰਟ ਇਹ ਹੈ ਕਿ ਸਸਤੀ ਬਣਦੀ ਹੈ। ਹਾਂ, ਦੂਜਾ ਇਹ ਜ਼ਰੂਰ ਹੈ ਜੀ ਕਿ ਇਹ ਪੋਲਿਊਸ਼ਨ ਜਿਹੜਾ ਉਹ ਕ੍ਰੀਏਟ ਕਰਦੇ ਆ। ਜਦੋਂ ਪ੍ਰਾਈਵੇਟ ਜਿਹੜੇ ਜੀ ਉਹ ਥਰਮਲ ਪਲਾਂਟ ਲੱਗੇ ਆ, ਇੱਕ ਤਾਂ ਰਾਜਪੁਰੇ ਦੇ ਵਿੱਚ ਤੇ ਦੂਸਰਾ ਗੋਇੰਦਵਾਲ ਸਾਹਿਬ ਦੇ ਵਿੱਚ, ਉਦੋਂ ਤੋਂ ਜਿਹੜਾ ਜੀ ਇਹ ਮਸਲਾ ਭਖਿਆ ਕਿ ਸਰਕਾਰੀ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਕਿਉਂ, ਕਿਉਂਕਿ ਜਿਹੜੀ ਪਿਛਲੀ ਸਰਕਾਰ ਸੀਗੀ ਉਹ ਸਮਝੌਤੇ ਹੀ ਕੁਛ ਇਸ ਤਰ੍ਹਾਂ ਦੇ ਜਿਹੜੇ ਜੀ ਉਹ ਕਰ ਗਈ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਕਿ ਉਹਨਾਂ ਤੋਂ ਬਿਜਲੀ ਜਿਹੜੀ ਆ ਜੀ ਉਹ ਮਹਿੰਗੇ ਭਾਅ ਦੇ ਉੱਤੇ ਲੈਣੀ ਪਊਗੀ। ਜਦੋਂ ਚੋਣਾਂ ਸੀਗੀਆਂ ਤਾਂ ਉਦੋਂ ਇਹ ਗੱਲ ਉਭਰੀ ਸੀਗੀ, ਉਦੋਂ ਕਾਂਗਰਸ ਨੇ ਵੀ ਇਹ ਗੱਲ ਆਖੀ ਸੀਗੀ ਕਿ ਅਸੀਂ ਜੇ ਸਰਕਾਰ ਬਣਦੀ ਆ ਤਾਂ ਇਹਨਾਂ ਫੈਸਲਿਆਂ ਦੇ ਉੱਤੇ ਮੁੜ ਕੇ ਗੌਰ ਕਰਾਂਗੇ। ਇਹ ਫੈਸਲੇ ਕੀ ਸੀਗੇ, ਕਿਵੇਂ ਸਾਈਨ ਹੋਏ, ਕਿੰਨੇ ਚਿਰ ਲਈ ਸਾਈਨ ਹੋਏ, ਸਾਰਾ ਕੁਛ ਜਿਹੜਾ ਜੀ ਉਹ ਦੱਬਿਆ ਰਹਿ ਗਿਆ। ਹੁਣ ਮੌਜੂਦਾ ਸਰਕਾਰ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਰੇ ਚਾਰੇ ਯੂਨਿਟ ਤੇ ਰੋਪੜ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ 1 ਜਨਵਰੀ 2018 ਤੋਂ ਬੰਦ ਕਰਨ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਦੋਵੇਂ ਪਲਾਂਟਾਂ ਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਨੂੰ ਨੇੜਲੀਆਂ ਥਾਵਾਂ ਦੇ ਉੱਤੇ ਐਡਜਸਟ ਕੀਤਾ ਜਾਊਗਾ। ਵਜ਼ਾਰਤ ਨੇ ਵਾਤਾਵਰਨ ਤੇ ਮੌਸਮੀ ਤਬਦੀਲੀ ਬਾਰੇ ਡਾਇਰੈਕਟੋਰੇਟ ਬਣਾਉਣ ਤੇ ਕੁਛ ਹੋਰ ਫੈਸਲੇ ਜਿਹੜੇ ਆ ਜੀ ਉਹ ਲਏ ਆ। ਹੁਣ ਜਿਹੜਾ ਜੀ ਇਹ ਗੱਲ ਕੀਤੀ ਗਈ ਆ ਜੀ ਕਿ ਜਿਹੜੀਆਂ ਸਨਅਤਾਂ ਨੇ ਉਹਨਾਂ ਨੂੰ ਬਿਜਲੀ ਜਿਹੜੀ ਆ ਉਹ 5 ਰੁਪਏ ਪ੍ਰਤੀ ਯੂਨਿਟ ਜਿਹੜੀ ਉਹ ਪਹਿਲੇ ਸਾਲ ਤੋਂ ਦਿੱਤੀ ਜਾਊਗੀ। ਪਿਛਲੇ ਦਿਨਾਂ ਤੋਂ ਇਹ ਮਾਮਲਾ ਜਿਹੜਾ ਜੀ ਥਰਮਲ ਪਲਾਂਟ ਵਾਲਾ ਵਾਹਵਾ ਭਖਦਾ ਰਿਹਾ। ਇੱਥੇ ਕੰਮ ਕਰਨ ਵਾਲੇ ਜਿਹੜੇ ਕਾਮੇ ਨੇ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਜੀ ਉਹ ਖਤਰਾ ਪਿਆ ਹੋਇਆ ਕਿ ਉਹਨਾਂ ਦੀਆਂ ਨੌਕਰੀਆਂ ਬੇਸ਼ੱਕ ਕਿਹਾ ਗਿਆ ਕਿ ਐਡਜਸਟ ਕੀਤੀਆਂ ਜਾਣਗੀਆਂ, ਪਰ ਇਹ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਜਵਾਬ ਵੀ ਜਿਹੜਾ ਉਹ ਨੌਕਰੀਆਂ ਤੋਂ ਮਿਲ ਸਕਦਾ। ਇਹਦੇ ਸੰਬੰਧੀ ਜਿਹੜੇ ਜੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਵਜ਼ਾਰਤ ਦੇ ਫੈਸਲਿਆਂ ਦੇ ਸੰਬੰਧੀ ਕਿਹਾ ਕਿ ਬਠਿੰਡਾ ਤੇ ਰੋਪੜ ਦੇ ਥਰਮਲ ਪਲਾਂਟ ਆਪਣੀ ਮਿਆਦ ਪੁਗਾ ਚੁੱਕੇ ਨੇ ਔਰ ਬਠਿੰਡੇ ਤੋਂ ਬਿਜਲੀ ਪੈਦਾ ਕਰਨੀ ਮਹਿੰਗੀ ਪੈਂਦੀ ਆ। ਸ਼ਾਨਨ ਪਲਾਂਟ ਤੋਂ 2.5 ਰੁਪਏ ਯੂਨਿਟ, ਜਦੋਂ ਕੋਈ ਬਠਿੰਡਾ ਪਲਾਂਟ ਤੋਂ 11.5 ਰੁਪਏ ਯੂਨਿਟ ਬਿਜਲੀ ਜਿਹੜੀ ਆ ਜੀ ਉਹ ਪੈਦਾ ਹੁੰਦੀ ਆ, ਪੈਂਦੀ ਆ ਇੰਨੇ ਦੀ। ਔਰ ਕੈਪਟਨ ਸਰਕਾਰ ਨੇ ਕੈਬਨਿਟ ਦੀ 3 ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਵਿੱਚ ਵਿੱਤ ਮੰਤਰੀ ਤੋਂ ਇਲਾਵਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਉੱਚ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਸੀ ਉਹ ਸ਼ਾਮਲ ਸਨ, ਜਿਨ੍ਹਾਂ ਨੇ ਇਹਦੇ ਉੱਤੇ ਮੋਹਰ ਜਿਹੜੀ ਆ ਉਹ ਲਾਈ ਆ। ਇਹ ਠੀਕ ਹੈ ਕਿ ਜਿਹੜੇ ਜੀ ਇਹ ਮਿਆਦ ਲੰਘਾ ਚੁੱਕੇ ਥਰਮਲ ਪਲਾਂਟ ਸਨ, ਇਹਨਾਂ ਦੇ ਉੱਤੇ ਖਰਚਾ ਜ਼ਿਆਦਾ ਆਉਂਦਾ, ਮਹਿੰਗੀ ਬਿਜਲੀ ਜਿਹੜੀ ਆ ਜੀ ਉਹ ਪੈਂਦੀ ਆ। ਕੱਲ ਫਿਰ ਉੱਥੇ ਜਿਹੜੀ ਆ ਜੀ ਉਹ ਆ ਜਾਂਦੀ ਆ ਕਿ ਜੇ ਇਹ ਬਿਜਲੀ ਮਹਿੰਗੀ ਪੈਂਦੀ ਆ, ਬਾਹਰੋਂ ਬਿਜਲੀ ਜਿਹੜੀ ਆ ਜੀ ਉਹ ਸਸਤੀ ਮਿਲ ਰਹੀ ਆ। ਤੁਹਾਨੂੰ ਮੁੰਬਈ ਵਾਲਾ ਯਾਦ ਹੋਣਾ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੰਬਈ ਗਏ ਸੀ, ਉਹਨਾਂ ਇੱਥੇ ਜਿਹੜਾ ਜੀ ਇਨਵੈਸਟਮੈਂਟ ਕਰਾਉਣ ਦੇ ਵਾਸਤੇ ਉਹਨਾਂ ਨੇ ਉੱਥੇ ਜਾ ਕੇ ਇਹ ਗੱਲ ਕਹੀ ਸੀ ਕਿ 5 ਰੁਪਏ ਜਿਹੜਾ ਜੀ ਪ੍ਰਤੀ ਯੂਨਿਟ ਅਸੀਂ ਬਿਜਲੀ ਦੇਵਾਂਗੇ ਤੇ ਅੱਗੋਂ ਜਿਹੜੀਆਂ ਉੱਥੇ ਸਨਅਤਾਂ ਵਾਲੇ ਸੀਗੇ ਦੋ, ਉਹਨਾਂ ਨੇ ਇੱਕ ਨੇ ਕਿਹਾ ਸੀ ਅਸੀਂ 3 ਰੁਪਏ ਸਾਡੇ ਤੋਂ ਲੈ ਲਓ, ਦੂਜੇ ਨੇ ਕਿਹਾ ਸੀਗਾ 2.5 ਰੁਪਏ ਅਸੀਂ ਤੁਹਾਨੂੰ ਪੁੱਜ ਦੀ ਜਿਹੜੀ ਜੀ ਬਿਜਲੀ ਕਰਾਂਗੇ। ਜੇ ਇਹ ਥਰਮਲ ਪਲਾਂਟ ਵਾਲਾ ਜਿਹੜਾ ਜੀ ਉਹ ਫੈਸਲਾ ਲਿਆ ਗਿਆ, ਸਰਕਾਰ ਕਹਿੰਦੀ ਇਹ ਖਰਚਾ ਜ਼ਿਆਦਾ ਪੈਂਦਾ ਨੌਕਰੀਆਂ ਦਾ ਨਹੀਂ, ਤਾਂ ਆਈ ਥਿੰਕ ਜਿਹੜੇ ਫੈਸਲੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਕੀਤੇ ਗਏ ਆ ਪਿਛਲੀ ਸਰਕਾਰ ਦੇ ਵੱਲੋਂ ਉਹ ਵੀ ਰੱਦ ਕੀਤੇ ਜਾਣੇ ਚਾਹੀਦੇ ਆ, ਕਿਉਂਕਿ ਉਹ ਬਹੁਤ ਮਹਿੰਗੀ ਬਿਜਲੀ ਔਰ ਇਸ ਤਰ੍ਹਾਂ ਦੇ ਜਿਹੜੇ ਜੀ ਉਹਦੇ ਵਿੱਚ ਸਮਝੌਤੇ ਸਾਈਨ ਕੀਤੇ ਗਏ ਆ ਜਿਹੜੇ ਪੰਜਾਬੀਆਂ ਦੇ ਉੱਤੇ ਬੋਝ ਨੇ।
ਤੇ ਨਾਲ ਨਾਲ ਪਤਾ ਨਹੀਂ ਉਹਨਾਂ ਦੇ ਫੈਸਲਿਆਂ ਦੇ ਵਿੱਚ ਜਿਹੜਾ ਪੈਸਾ ਕਿੱਧਰਲਾ ਕਿੱਧਰ ਨੂੰ ਜਾਂਦਾ ਆ। ਅਤੇ ਅੱਗੇ ਆਪਾਂ ਵਿੱਕੀ ਗੌਂਡਰ ਗੈਂਗਸਟਰ ਦੀ ਜੇ ਗੱਲ ਕਰਦੇ ਹਾਂ ਤਾਂ ਉਸ ਦਾ ਇੱਕ ਦੋਸਤ ਏਅਰਪੋਰਟ ਦੇ ਫੜਿਆ ਗਿਆ ਅਤੇ ਪਟਿਆਲੇ ਲਿਆਂਦਾ। ਐਕਚੁਲੀ ਜੀ ਇਹ ਜੋਰਡਨ ਤੋਂ ਵਾਪਸ ਆਇਆ ਜੀ। ਕੁਛ ਜਿਹੜੇ ਸੂਤਰ ਨੇ ਉਹ ਇਹ ਕਹਿੰਦੇ ਨੇ ਕਿ ਐਕਚੁਲੀ ਇਹ ਕੈਨੇਡਾ ਤੋਂ ਜਿਹੜਾ ਜੀ ਉਹ ਵਾਪਸ ਆਇਆ ਇੱਕ ਫਰਜ਼ੀ ਪਾਸਪੋਰਟ ਦੇ ਰਾਹੀਂ। ਇਹ ਜਿਹੜਾ ਜੀ ਉਹ ਗਿਆ ਹੋਇਆ ਸੀਗਾ, ਇਹ ਸੰਗਤਪੁਰਾ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਪੈਂਦਾ। ਇੰਦਰਜੀਤ ਸਿੰਘ ਸੰਧੂ ਆ ਉੱਥੋਂ ਦਾ ਜਿਹੜਾ ਜੀ ਉਹ ਰਹਿਣ ਵਾਲਾ, ਵਿੱਕੀ ਗੌਂਡਰ ਦਾ ਸਾਥੀ ਆ। ਵਿੱਕੀ ਗੌਂਡਰ ਦਾ ਜਿਹੜਾ ਫੇਸਬੁੱਕ ਪੇਜ ਆ ਜਿਹੜੀਆਂ ਉਹਦੇ ਉੱਤੇ ਧਮਕੀਆਂ ਧਮਕੀਆਂ ਨੇ ਜੀ, ਇਹ ਕਿਹਾ ਜਾ ਰਿਹਾ ਪੁਲਿਸ ਦੇ ਮੁਤਾਬਕ ਕਿ ਉਹ ਅਸਲ ਦੇ ਵਿੱਚ ਇਹਨੂੰ ਓਪਰੇਟ ਇੰਦਰਜੀਤ ਸੰਧੂ ਹੀ ਜਿਹੜਾ ਉਹ ਕਰਦਾ। ਪਟਿਆਲੇ ਦੀ ਪੁਲਿਸ ਦੇ ਵੱਲੋਂ ਇਹਦੇ ਸੰਬੰਧੀ ਜਿਹੜਾ ਐਨਆਈਏ ਜਾਰੀ ਕੀਤਾ ਗਿਆ ਸੀਗਾ ਆਊਟਲੁੱਕ ਸਰਕੂਲਰ, ਔਰ ਇਹਦੇ ਜ਼ਰੀਏ ਉਹ ਦਿੱਲੀ ਦੇ ਹਵਾਈ ਅੱਡੇ ਤੋਂ ਜਿਹੜਾ ਜੀ ਉਹ ਫੜਿਆ ਗਿਆ। ਇੱਕ ਨਕਲੀ ਪਾਸਪੋਰਟ ਦੇ ਰਾਹੀਂ ਇਹ ਜੋਰਡਨ ਤੋਂ ਆਇਆ ਸੀਗਾ। ਇਹਨੂੰ CIA ਸਟਾਫ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਜੀ ਲਿਆਂਦਾ ਗਿਆ, ਜਿੱਥੇ ਇਹਦੇ ਖਿਲਾਫ਼ ਕੁਛ ਮਾਮਲੇ ਜਿਹੜੇ ਆ ਜੀ ਉਹ ਦਰਜ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਔਰ ਰਾਜਪੁਰਾ ਦੇ ਵਿੱਚ। ਔਰ ਪਟਿਆਲੇ ਦੀ ਪੁਲਿਸ ਨੇ ਹੀ ਆਊਟਲੁੱਕ ਜਿਹੜਾ ਜੀ ਲੁੱਕਆਊਟ ਸਰਕਲ ਜਿਹੜਾ ਸੀਗਾ ਉਹ ਇਹਦਾ ਜਾਰੀ ਕਰਵਾਇਆ ਸੀਗਾ। ਇਹ ਗੁਰਜੰਟ ਸਿੰਘ ਦੇ ਜਾਅਲੀ ਪਾਸਪੋਰਟ ਦੇ ਉੱਤੇ ਜੋਰਡਨ ਤੋਂ ਦਿੱਲੀ ਜਿਹੜਾ ਉਹ ਆਇਆ ਸੀਗਾ। ਜੇਲ੍ਹ ਕਾਂਡ ਤੋਂ ਬਾਅਦ ਇਹਨੇ ਜਿਹੜੇ ਇੱਥੋਂ ਭੱਜੇ ਸੀਗੇ ਨਾਭੇ ਦੇ ਜੇਲ੍ਹ ਤੋਂ, ਉਹਨਾਂ ਦੇ ਰਹਿਣ ਜਿਹੜਾ ਜੀ ਇੰਤਜ਼ਾਮ ਕੀਤਾ ਸੀਗਾ। ਵਿੱਕੀ ਗੌਂਡਰ ਤੇ ਸ਼ੇਰਾ ਖੁੱਬਣ ਗਰੁੱਪ ਦੇ ਨਾਮ ਦੇ ਉੱਤੇ ਇਹਨੇ ਇੱਕ ਫੇਸਬੁੱਕ ID ਜਿਹੜੀ ਹੈ ਜੀ ਉਹ ਬਣਾਈ ਹੋਈ ਆ, ਜਿਹਦੇ ਤੋਂ ਇਹ ਧਮਕੀਆਂ ਪ੍ਰਸ਼ਾਸਨ ਤੇ ਪੁਲਿਸ ਨੂੰ ਜਿਹੜਾ ਉਹ ਦੇ ਰਿਹਾ ਸੀਗਾ। ਇਹ ਪੁਲਿਸ ਦੇ ਦੱਸਣ ਦੇ ਜਿਹੜਾ ਜੀ ਉਹ ਅਨੁਸਾਰ ਹੈ। ਹੁਣ ਬਹੁਤ ਵੱਡਾ ਸਵਾਲ ਜਿਹੜਾ ਜੀ ਇਹ ਵੀ ਬਣਦਾ ਹੈ ਵੀ ਇੱਡੀ ਸਖਤੀ ਸੀਗੀ ਤੇ ਇੱਥੋਂ ਇਹ ਪਾਸਪੋਰਟ ਬਣਾ ਕੇ ਗਿਆ, ਇੱਥੋਂ ਜਾਅਲੀ ਪਾਸਪੋਰਟ ਜਿਹੜਾ ਜੀ ਬਣਾ ਕੇ ਗਿਆ ਔਰ ਬਾਹਰ ਇਹ ਜਾ ਕੇ ਮਤਲਬ ਕਿ ਪੱਕੇ ਤੌਰ ਦੇ ਉੱਤੇ ਨਹੀਂ ਨਿਕਲ ਗਿਆ। ਤੁਸੀਂ ਦੇਖੋ ਕਿ ਕਿੰਨੀ ਕੁ ਖੁੱਲਾ ਹੈ ਕਿ ਉਹ ਉੱਥੇ ਬਾਹਰ ਗਿਆ ਬਾਹਰਲੇ ਮੁਲਕਾਂ ਦੇ ਵਿੱਚ ਔਰ ਫਿਰ ਵਾਪਸ ਜਿਹੜਾ ਜੀ ਉਹ ਪਰਤ ਰਿਹਾ ਸੀਗਾ। ਜੇ ਇਹ ਲੁੱਕਆਊਟ ਸਰਕੂਲਰ ਜਿਹੜਾ ਜੀ ਇਹਦਾ ਜਾਰੀ ਨਾ ਹੋਇਆ ਹੁੰਦਾ ਤੇ ਫਿਰ ਇਹਦਾ ਮਤਲਬ ਇਹ ਸੀਗਾ ਜੀ ਕਿ ਪਹਿਲਾਂ ਵੀ ਆਉਂਦਾ ਜਾਂਦਾ ਜਾਂ ਇਸੇ ਤਰੀਕੇ ਦੇ ਨਾਲ ਘੁੰਮਦਾ ਕਿ ਜਿੱਥੇ ਉਹ ਚਾਹੇ ਜਾ ਸਕਦਾ, ਜਾਂ ਬਾਕੀ ਜਿਹੜੇ ਨੇ ਜਿਹੜੇ ਵੱਡੇ ਨੇ ਇਹਦਾ ਮਤਲਬ ਉਹ ਵੀ ਜਿਹੜਾ ਜੀ ਆਪਣੀ ਮਰਜ਼ੀ ਦੇ ਨਾਲ ਨਕਲੀ ਪਾਸਪੋਰਟਾਂ ਦੇ ਉੱਤੇ ਫਰਜ਼ੀ ਪਾਸਪੋਰਟਾਂ ਦੇ ਉੱਤੇ ਬਾਹਰ ਨਿਕਲ ਗਏ ਨੇ ਜਾਂ ਨਿਕਲ ਸਕਦੇ ਨੇ। ਜੀ ਇੱਦਾਂ ਦੀ ਇਹਨਾਂ ਨੂੰ ਤਾਂ ਖੁੱਲ ਖਾਲ ਬਹੁਤ ਹੈਗੀ ਆ ਜੀ। ਤਾਂ ਅੱਗੇ ਇੱਕ ਪਾਕਿਸਤਾਨੀ ਤੇ ਭਾਰਤ ਦੀ ਸਰਹੱਦ ਤੋਂ ਬੱਚੇ ਨੂੰ ਫੜਿਆ ਸੀਗਾ ਤੇ ਉਹ ਹੁਣ ਵਾਪਸ ਜਾਵੇਗਾ। ਦੇਖੋ ਜੀ ਐਕਚੁਲੀ 7 ਮਹੀਨਿਆਂ ਤੋਂ ਫਰੀਦਕੋਟ ਦੇ ਜਿਹੜੀ ਬਾਲ ਸੁਧਾਰ ਘਰ ਹੈ ਜੀ ਇਹਦੇ ਵਿੱਚ ਨਜ਼ਰਬੰਦ ਹੈ ਇਹ ਗੁੰਗਾ ਬੋਲਾ ਪਾਕਿਸਤਾਨੀ ਬੱਚਾ ਜਾਵੇਦ ਹੁਸੈਨ ਇਕਬਾਲ। ਇਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਹ ਮਾਮਲਾ ਇਹ ਇੱਥੋਂ ਦੇ ਮੀਡੀਆ ਦੇ ਵਿੱਚ ਪਹਿਲਾਂ ਉਭਰਿਆ ਕਿ ਇਹ ਕੌਣ ਹੈ, ਕਿਉਂਕਿ ਉਹ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ, ਜਿਹਦੇ ਕਰਕੇ ਇਹ ਨਹੀਂ ਸੀ ਪਤਾ ਲੱਗਦਾ ਕਿ ਇਹ ਜਿਹੜਾ ਜੀ ਕਿੱਥੋਂ ਦਾ ਰਹਿਣ ਵਾਲਾ। ਇੱਥੇ ਮੀਡੀਆ ਦੇ ਵਿੱਚ ਇਹ ਖਬਰ ਆਈ ਤੇ ਇਹਨੂੰ ਅੱਗੋਂ ਜਿਹੜਾ ਸੀਗਾ ਜੀ ਪਾਕਿਸਤਾਨੀ ਮੀਡੀਆ ਨੇ ਚੁੱਕਿਆ ਇਸ ਖਬਰ ਨੂੰ ਔਰ ਪਾਕਿਸਤਾਨ ਦੇ ਜਿਹੜੇ ਚੈਨਲ ਸੀਗੇ ਕੁਛ ਉਹਨਾਂ ਨੇ ਇਹ ਫੋਟੋ ਜਿਹੜੀ ਸੀ ਵਿਖਾ ਕੇ ਇਹਦੇ ਜਿਹੜਾ ਜਾਵੇਦ ਹੁਸੈਨ ਹੈ ਉਹਦੇ ਘਰ ਤੱਕ ਉਹ ਪਹੁੰਚੇ। ਜਦੋਂ ਘਰਦਿਆਂ ਨੂੰ ਜਿਹੜਾ ਜੀ ਉਹ ਪਤਾ ਲੱਗਿਆ ਕਿ ਉਹਨਾਂ ਦਾ ਮੁੰਡਾ ਜਿਹੜਾ ਗੁਆਚਿਆ ਹੋਇਆ ਸੀਗਾ ਉਹ ਜਿਉਂਦਾ ਹੈ ਤੇ ਉਹ ਭੁਲੇਖੇ ਨਾਲ ਸਰਹੱਦ ਲੰਘ ਗਿਆ ਸੀਗਾ ਤੇ ਉਹ ਭਾਰਤ ਦੀ ਪੰਜਾਬ ਦੀ ਜਿਹੜੀ ਬੱਚਿਆਂ ਦੀ ਜੇਲ੍ਹ ਹੈ ਉਹਦੇ ਵਿੱਚ ਬੰਦ ਹੈ। ਤਾਂ ਉਹਨਾਂ ਨੇ ਜਿਹੜੀ ਸੀ ਇਹਦੇ ਉੱਤੇ ਪੈਰਵਾਈ ਸ਼ੁਰੂ ਕੀਤੀ। ਜਾਵੇਦ ਹੁਸੈਨ ਦੀ ਮਾਂ ਜਿਹੜੀ ਇਸ਼ਰਤ ਬੀਬੀ ਤੇ ਉਹਦਾ ਪਿਓ ਇਕਬਾਲ ਹੁਸੈਨ ਹੁਣ ਜਿਹੜਾ ਜੀ 22 ਤਰੀਕ ਨੂੰ ਇਹ ਵਾਘੇ ਰਾਹੀਂ ਜਾਵੇਦ ਹੁਸੈਨ ਦੀ ਸ਼ਨਾਖਤ ਜਿਹੜੀ ਹੈ ਜੀ ਇੱਥੇ ਆ ਕੇ ਕਰਨਗੇ। ਉਹਨਾਂ 22 ਦਸੰਬਰ ਨੂੰ ਆਪਣੇ ਮੁੰਡੇ ਨੂੰ ਜੇ ਪਛਾਣ ਲਿਆ ਤਾਂ ਉਸੇ ਦਿਨ ਜਾਵੇਦ ਹੁਸੈਨ ਨੂੰ ਪਾਕਿਸਤਾਨ ਦਾ ਪਾਸਪੋਰਟ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਜਾਊਗਾ। ਜਿਹੜਾ ਇੱਥੇ ਜਿਹੜੀ ਹੈ ਜੀ ਇੰਟਰਨਲ ਐਕਸਟਰਨਲ ਅਫੇਅਰ ਮਿਨਿਸਟਰੀ ਜਿਹੜੀ ਜੀ ਉਹਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ 22 ਦਸੰਬਰ ਨੂੰ ਜਾਵੇਦ ਹੁਸੈਨ ਨੂੰ ਵਾਹਗਾ ਬਾਰਡਰ ਦੇ ਉੱਤੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਸਾਹਮਣੇ ਇਹ ਪੇਸ਼ ਕੀਤਾ ਜਾਵੇ ਔਰ ਇਸ ਹਦਾਇਤ ਤੋਂ ਬਾਅਦ ਜਾਵੇਦ ਹੁਸੈਨ ਜਿਹੜਾ ਜੀ ਉਹ ਵਾਹਗਾ ਫੇਰੀ ਲਈ ਉਹਦੀਆਂ ਤਿਆਰੀਆਂ ਜਿਹੜੀਆਂ ਜੀ ਉਹ ਮੁਕੰਮਲ ਹੋ ਗਈਆਂ ਨੇ। ਇੱਕ ਦਿਨ ਪਹਿਲਾਂ ਹੀ ਜਿਹੜੇ ਜਵਨਾਇਲ ਜਸਟਿਸ ਬੋਰਡ ਹੈ ਉਹਨੇ ਜਾਵੇਦ ਹੁਸੈਨ ਖਿਲਾਫ ਦਰਜ ਕੇਸ ਚੋਂ ਉਹਨੂੰ ਬਰੀ ਕਰ ਦਿੱਤਾ ਜੀ। ਭਾਰਤ ਸਰਕਾਰ 30 ਦਸੰਬਰ ਤੋਂ ਪਹਿਲਾਂ ਜਾਵੇਦ ਹੁਸੈਨ ਨੂੰ ਉਹਦੇ ਮੁਲਕ ਵਾਪਸ ਜਿਹੜਾ ਉਹ ਭੇਜਣਾ ਚਾਹੁੰਦੀ ਹੈ। ਇਸ ਤਰ੍ਹਾਂ ਦਾ ਮਾਮਲਾ ਵੈਸੇ ਪਹਿਲਾਂ ਕਦੀ ਨਹੀਂ ਆਇਆ, ਫਿਲਮਾਂ ਦੇ ਰੂਪ ਦੇ ਵਿੱਚ ਜ਼ਰੂਰ ਜਿਹੜਾ ਜੀ ਇਸੇ ਤਰ੍ਹਾਂ ਦਾ ਇੱਕ ਗੁੰਗੇ ਬੋਲੀ ਬੱਚੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਕਿ ਉਹਨੂੰ ਇੱਕ ਭਾਰਤੀ ਹੀਰੋ ਜਿਹੜਾ ਉਹ ਛੱਡਣ ਜਾਂਦਾ ਉਸ ਮੁਲਕ ਦੇ ਵਿੱਚ।
ਪਰ ਇਹ ਬਿਲਕੁਲ ਜਿਹੜੀ ਸੱਚੀ ਕਹਾਣੀ ਆ, ਕਿਸੇ ਫਿਲਮ ਦੀ ਕਹਾਣੀ ਨਹੀਂ। ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਉਹ ਪਲ ਜਿਹੜੇ ਹੋਣਗੇ ਜਦੋਂ ਵਾਗੇ ਦੀ ਸਰਹੱਦ ਦੇ ਉੱਤੇ ਇੱਕ ਸਾਈਡ ਦੇ ਉੱਤੇ ਇਹ ਬੱਚਾ ਗੁੰਗਾ ਬੋਲਾ ਜਿਹੜਾ ਹੈ ਜੀ ਜਾਵੇਦ ਹੁਸੈਨ ਇਕਬਾਲ ਖੜਾ ਹੋਊਗਾ, ਦੂਜੇ ਪਾਸੇ ਉਹਦੇ ਮਾਂ ਪਿਓ ਜਿਹੜੇ 7 ਮਹੀਨੇ ਤੋਂ ਉਹਨਾਂ ਤੋਂ ਜਿਹੜਾ ਜੀ ਉਹ ਵਿਛੜਿਆ ਹੋਇਆ, ਉਹਨੂੰ ਪਛਾਣਨ ਦੇ ਵਾਸਤੇ ਜਿਹੜਾ ਜੀ ਉਹ ਖੜੇ ਹੋਣਗੇ। ਸੋ ਇਹ ਵੈਸੇ ਕੋਸ਼ਿਸ਼ ਜਿਹੜੀ ਹੈ ਜੀ ਦੋਨਾਂ ਮੁਲਕਾਂ ਦੀ ਚੰਗੀ ਹੈ। ਕਾਸ਼ ਕਿਤੇ ਇਹ ਹੋ ਜਾਏ ਕਿ ਦੋਨਾਂ ਮੁਲਕਾਂ ਦੀਆਂ ਜੇਲ੍ਹਾਂ ਦੇ ਵਿੱਚ ਕਿੰਨੇ ਕਿੰਨੇ ਸਾਲਾਂ ਤੋਂ ਬੰਦੀ ਕੀਤੇ ਗਏ ਕੈਦੀ ਜਿਹੜੇ ਲੜਾਈ ਦੇ ਸਮੇਂ ਦੇ ਉੱਤੇ ਫੜੇ ਨੇ, ਬਹੁਤੇ ਉਹ ਵੀ ਨੇ ਵਿਚਾਰੇ ਜਿਨ੍ਹਾਂ ਦੇ ਦਿਨ ਵੀ ਜਿਹੜਾ ਜੀ ਉਹ ਡੈਥ ਦੇ ਮਨਾ ਚੁੱਕੇ ਨੇ ਪਰਿਵਾਰ, ਪਰ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਨਹੀਂ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜਾ ਜੀ ਬੰਦ ਹੈ। ਜੇ ਇੰਨਾ ਕੁ ਥੋੜਾ ਜਿਹੜਾ ਜੀ ਪਿੰਡ ਮੋਕਲਾ ਕਰਕੇ ਉਹ ਵੀ ਕਿਤੇ ਇਸੇ ਤਰੀਕੇ ਦੇ ਨਾਲ ਛੱਡ ਦਿੱਤੇ ਜਾਣ, ਤਾਂ ਇਹਦੇ ਨਾਲ ਇੱਕ ਚੰਗੀ ਸ਼ੁਰੂਆਤ ਜਿਹੜੀ ਆ ਉਹ ਹੋ ਸਕਦੀ ਹੈ ਜੀ। ਨਾਲ ਦੇ ਨਾਲ ਇਹਨਾਂ ਦਾ ਜੇਲ੍ਹਾਂ ਦਾ ਖਰਚਾ ਵੀ ਘੱਟ ਸਕਦਾ ਹੈ, ਬਹੁਤ ਕੁਛ ਹੋ ਸਕਦਾ ਜੇ ਕਰਨਾ ਹੋਵੇ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਸਿਆਸੀ ਕਾਨਫਰੰਸਾਂ ਦੀ, ਜਿੱਦਾਂ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਜੋੜ ਮੇਲ 'ਤੇ, ਅਤੇ ਉਹ ਜਿਹੜੀ ਮੰਗ ਆ ਜ਼ੋਰ ਫੜਨ ਲੱਗੀ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਚੱਲਦਾ ਤਾਂ ਪਹਿਲਾਂ ਵੀ ਰਿਹਾ, ਤੁਹਾਨੂੰ ਯਾਦ ਹੋਣਾ ਜਦੋਂ ਗੁਰਚਰਨ ਸਿੰਘ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਹੁਰੀ ਵੱਖਰੇ ਹੋਏ ਆ, ਤੇ ਉਦੋਂ ਭਾਈ ਰਣਜੀਤ ਸਿੰਘ ਹੋਰਾਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਜਿਹੜੀਆਂ ਇਹ ਸਿਆਸੀ ਕਾਨਫਰੰਸਾਂ ਨੇ ਇਹਦੇ ਉੱਤੇ ਇੱਕ ਦੂਜੇ ਦੇ ਵਿਰੋਧ 'ਚ ਨਾ ਬੋਲਿਆ ਜਾਵੇ, ਨਹੀਂ ਮੰਨਿਆ ਗਿਆ ਸੀਗਾ ਉਦੋਂ ਇਸ ਗੱਲ ਨੂੰ। ਔਰ ਇਹੀ ਇੱਥੇ ਹੀ ਕਾਨਫਰੰਸਾਂ ਸੀਗੀਆਂ ਜਦੋਂ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਉੱਤੇ ਜਿਹੜੀ ਹੈ ਜੀ ਉਹ ਤਿੱਖੇ ਹਮਲੇ ਅਕਾਲੀ ਦਲ ਨੇ ਕੀਤੇ ਸੀਗੇ। ਉਦੋਂ ਬਾਅਦ ਮਾਮਲਾ ਜਿਹੜਾ ਜੀ ਉਹ ਆਇਆ ਗਿਆ ਹੋ ਗਿਆ। ਇਹ ਜਿਹੜੀ ਸ਼ਹੀਦੀ ਜੋੜ ਮੇਲ ਜਿਹੜਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਜਿਹੜੀ ਯਾਦ ਦੇ ਵਿੱਚ 3 ਦਿਨ ਦਾ ਜੋੜ ਮੇਲ ਹੁੰਦਾ, ਇੱਥੇ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਆਪੋ ਆਪਣੇ ਸਿਆਸੀ ਕਾਨਫਰੰਸਾਂ ਲਾਉਂਦੀਆਂ ਨੇ। ਸਿਆਸੀ ਕਾਨਫਰੰਸਾਂ ਦੇ ਵਿੱਚ 1-1.5 ਮਿੰਟ ਜਿਹੜਾ ਜੀ ਉਹ ਗੱਲ ਸ਼ਹੀਦਾਂ ਦੀ ਕੀਤੀ ਜਾਂਦੀ ਆ, ਉਦੋਂ ਬਾਅਦ ਫਿਰ ਇਹ ਆਪਣੇ ਰੰਗ ਦੇ ਵਿੱਚ ਜਿਹੜਾ ਜੀ ਉਹ ਆ ਜਾਂਦੇ ਆ ਤੇ ਇੱਕ ਦੂਜੇ ਦੇ ਖਿਲਾਫ਼ ਜਿਹੜਾ ਜੀ ਜੋ ਕੁਛ ਬੋਲ ਸਕਦੇ ਆ, ਜਿਸ ਲੈਵਲ ਤੱਕ ਬੋਲ ਸਕਦੇ ਆ ਬੋਲਿਆ ਜਾਂਦਾ। ਇਹਨੂੰ ਲੈ ਕੇ ਇਹ ਪਹਿਲੀ ਵਾਰੀ ਹੈ ਜੀ ਕਿ ਇੱਕ ਤਾਂ ਜਿਹੜਾ ਲੋਕਾਂ ਦੇ ਵਿੱਚ ਜਾਂ ਕੁਛ ਜਥੇਬੰਦੀਆਂ ਜਿਹੜੀਆਂ ਜੀ ਉਹ ਉੱਠੀਆਂ ਨੇ ਔਰ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਕਿ ਇੱਥੇ ਸਿਆਸੀ ਕਾਨਫਰੰਸਾਂ ਬੰਦ ਹੋਣੀਆਂ ਚਾਹੀਦੀਆਂ ਨੇ। ਇਹ ਵੀ ਆ ਰਿਹਾ ਕਿ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਪ੍ਰਧਾਨਗੀ ਦੇ ਸਮੇਂ ਡਿਪਟੀ ਕਮਿਸ਼ਨਰ ਸਨ ਇੱਥੇ, ਉਹਨਾਂ ਨੇ ਉਦੋਂ ਇਹ ਗੱਲ ਉਠਾਈ ਸੀ ਕਿ ਇੱਥੇ ਜਲੇਬ ਤੇ ਜਿਹੜੇ ਪਕੌੜਿਆਂ ਦੇ ਆਵਾਜ਼ਾਂ ਮਾਰ ਕੇ ਲੰਗਰ ਖੁਆਏ ਜਾਂਦੇ ਆ ਉਹ ਬੰਦ ਹੋਣੇ ਚਾਹੀਦੇ ਆ। ਉਹਨਾਂ ਨੇ ਉਦੋਂ ਇੱਥੇ ਲੱਗਣ ਵਾਲੇ ਸਰਕਸ ਤੇ ਚੰਡੋਲ ਵਗੈਰਾ ਜਿਹੜੇ ਸੀਗੇ ਜੀ ਉਹਨਾਂ ਦੇ ਉੱਤੇ ਪਾਬੰਦੀ ਦੀ ਵੀ ਗੱਲ ਕੀਤੀ ਸੀ। ਟੌੜਾ ਸਾਹਿਬ ਨੇ ਉਦੋਂ ਹੀ ਮੰਨ ਲਈ ਇਹ ਗੱਲ, ਉਦੋਂ ਇਹ ਮੇਲੇ ਤੇ ਚੰਡੋਲ ਵਗੈਰਾ ਜਿਹੜੇ ਸੀ ਉਹ ਬੰਦ ਹੋ ਗਏ। ਇਹ ਵੀ ਆਖਿਆ ਗਿਆ ਜੀ ਕਿ ਜਲੇਬ ਵਗੈਰਾ ਦੇ ਲੰਗਰ ਨਾ ਲਾਏ ਜਾਣ, ਇਹ ਜਿਹੜੇ ਦਿਨ ਹੁੰਦੇ ਨੇ ਇਹ ਸ਼ਰਧਾਂਜਲੀ ਦੇਣ ਦੇ ਵਾਸਤੇ ਹੁੰਦੇ ਨੇ, ਨਾ ਕਿ ਬਹੁਤ ਖੁਸ਼ੀ ਮਨਾਉਣ ਦੇ ਵਾਸਤੇ। ਉਹ ਗੱਲਾਂ ਉਦੋਂ ਬੰਦ ਹੋ ਗਈਆਂ। ਇਸ ਵਾਰੀ ਸਿਆਸੀ ਕਾਨਫਰੰਸਾਂ ਜਿਹੜੀਆਂ ਜੀ ਉਹ ਬੰਦ ਕਰਵਾਉਣ ਦੇ ਵਾਸਤੇ ਵੀਰ ਦਵਿੰਦਰ ਸਿੰਘ ਸਾਬਕਾ ਕਾਂਗਰਸੀ ਆਗੂ ਨੇ ਉਹ ਕਾਫੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਿਹਾ। ਉਹਨਾਂ ਨੇ ਕੱਲ੍ਹ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਿ ਇਹਨਾਂ ਨੂੰ ਪਰਮਿਸ਼ਨ ਨਾ ਦਿੱਤੀ ਜਾਵੇ। ਉੱਧਰ ਜਿਹੜੇ ਅਕਾਲੀ ਦਲ ਨੇ ਲਾਇਆ ਸੀਗਾ ਪੰਡਾਲ, ਉਹਨੂੰ ਕੁਛ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਾ ਕੇ ਕੱਲ੍ਹ ਜਬਰੀ ਪੁੱਟ ਦਿੱਤਾ ਔਰ ਇਹ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ, ਇਸ ਕਰਕੇ ਇੱਥੇ ਕਿਸੇ ਨੂੰ ਸਿਆਸੀ ਕਾਨਫਰੰਸ ਨਹੀਂ ਕਰਨ ਦਿੱਤੀ ਜਾਊਗੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਹੈ ਅਕਾਲੀ ਦਲ ਬਾਦਲ, ਉਹ ਗੁਰਦੁਆਰਾ ਸਾਹਿਬ ਦੇ ਨਾਲ ਲੱਗਵੀਂ ਜਿਹੜੀ ਜਗ੍ਹਾ ਦੀ ਹਰ ਵਾਰ ਉੱਥੇ ਕਾਨਫਰੰਸ ਕਰ ਲੈਂਦਾ ਔਰ ਇਹ ਉਹਨੂੰ ਇਹਦਾ ਲਾਹਾ ਇਹ ਮਿਲਦਾ ਕਿ ਉੱਥੇ ਆਏ ਲੋਕ ਜਿਹੜਾ ਗੁਰਦੁਆਰੇ ਦੇ ਵਿੱਚ ਆਉਂਦੇ ਨੇ ਮੱਥਾ ਟੇਕਣ ਸ਼ਹੀਦਾਂ ਨੂੰ ਯਾਦ ਕਰਨ, ਉਹ ਇਹਨਾਂ ਕਾਨਫਰੰਸਾਂ ਦੇ ਵਿੱਚ ਵੜ ਜਾਂਦੇ ਤੇ ਫਿਰ ਉਹਨੂੰ ਇਹ ਦਿਖਾਉਂਦੇ ਆ ਕਿ ਸਭ ਤੋਂ ਵੱਧ ਦੇਖੋ ਜੀ ਸਾਡੀ ਕਾਨਫਰੰਸ ਦੇ ਵਿੱਚ ਜਿਹੜਾ ਉਹ ਲੋਕਾਂ ਦਾ ਇਕੱਠ ਹੈ। ਉੱਥੇ ਜਿਵੇਂ ਇਹ ਜਿਹੜਾ ਜੀ ਇਹਨਾਂ ਦਾ ਢਾਂਚਾ ਵਗੈਰਾ ਜੀ ਉਹ ਸੁੱਟ ਦਿੱਤਾ ਗਿਆ ਪੁਲਿਸ ਦੀ ਮੌਜੂਦਗੀ ਦੇ ਵਿੱਚ, ਉਹਦੇ ਤੋਂ ਇਹ ਕਿਹਾ ਜਾ ਸਕਦਾ ਜੀ ਕਿ ਪਹਿਲੀ ਵਾਰੀ ਰੋਹ ਆ ਲੋਕਾਂ ਦੇ ਵਿੱਚ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਆਮ ਆਦਮੀ ਪਾਰਟੀ ਨੇ ਪਿਛਲੇ ਦਿਨ ਜਿਹੜਾ ਜੀ ਇੱਥੇ ਕਾਨਫਰੰਸ ਜਿਹੜੀ ਕਰਨੀ ਸੀਗੀ ਉਹਨੂੰ ਲੈ ਕੇ ਉਹਨਾਂ ਨੇ ਇਹ ਪੈਂਤੜਾ ਅਪਣਾਇਆ ਕਿ ਉਹ ਕਾਨਫਰੰਸ ਨਹੀਂ ਕਰਨਗੇ, ਸਿਆਸੀ ਕਾਨਫਰੰਸ ਅੱਗੋਂ ਵੀ ਸਿਆਸੀ ਕਾਨਫਰੰਸ ਨਹੀਂ ਕਰਨਗੇ, ਮਹਿਜ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਊਗੀ ਮੱਥਾ ਟੇਕਣ ਦੇ ਵਾਸਤੇ। ਇਹ ਹੁਣ ਦੂਜੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਵੀ ਦਬਾਓ ਹੈ ਕਿ ਉਹ ਇੱਥੋਂ ਜਿਹੜੀਆਂ ਜੀ ਇਹ ਕਾਨਫਰੰਸਾਂ ਕਿਸੇ ਤਰੀਕੇ ਦੇ ਨਾਲ ਬੰਦ
ਕਰਦੇ ਔਰ ਇੱਥੇ ਜਿਹੜੀਆਂ ਜੀ ਸਿਆਸੀ ਕਾਨਫਰੰਸਾਂ ਨਾ ਹੋਣ। ਹੁਣ ਦੇਖਣਾ ਇਹ ਹੋਊਗਾ ਜੀ ਕਿ ਜਿਹੜਾ ਇੰਨਾ ਪ੍ਰੈਸ਼ਰ ਬਣ ਰਿਹਾ ਲੋਕਾਂ ਦਾ, ਜਿਹੜੀਆਂ ਆਮ ਆਦਮੀ ਪਾਰਟੀ ਦੀ ਤਰਜ਼ ਦੇ ਉੱਤੇ ਕਾਂਗਰਸ ਤੇ ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹ ਆਪਣੀ ਸਿਆਸੀ ਕਾਨਫਰੰਸ ਰੱਦ ਕਰਦੇ ਆ ਜਾਂ ਨਹੀਂ? ਬਿਲਕੁਲ ਜੀ, ਕਾਫੀ ਟਾਈਮ ਲੰਘ ਗਿਆ ਨਾ ਕਾਨਫਰੰਸਾਂ ਦੇ ਨਾਲ, ਤੇ ਲੋਕੀ ਕਈ ਜਿਹੜੇ ਲੀਡਰ ਆ ਉਹ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਦੇ ਵਿੱਚ। ਤੇ ਅੱਗੇ ਆਪਾਂ ਗੱਲ ਕਰਦੇ ਆ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਆ, ਉਸ ਦੇ ਵਿੱਚ ਫਿਲਮਾਂ ਸ਼ੂਟਿੰਗ ਕਰਨ ਦੀ ਖੁੱਲ ਮਿਲੀ? ਐਕਚੁਅਲੀ ਜੀ ਪਹਿਲਾਂ ਇਹਦੇ ਉੱਤੇ ਜਿਹੜੀ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਸੀਗੀ, ਜਿਹੜੀ ਇਹ ਹੈਰੀਟੇਜ ਸਟ੍ਰੀਟ ਦੇ ਨਾਮ ਦੇ ਨਾਲ ਜਾਣੀ ਜਾਂਦੀ ਆ। ਹੁਣ ਅੱਗੋਂ ਬਾਲੀਵੁੱਡ ਤੇ ਪੋਲੀਵੁੱਡ ਦੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਇੱਥੇ ਸ਼ੂਟ ਕਰਨ ਦੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਗਈ ਆ। ਹਰਿਮੰਦਰ ਸਾਹਿਬ ਦੇ ਨੇੜੇ 1.25 ਕਿਲੋਮੀਟਰ ਦੇ ਰਕਬੇ ਦੇ ਵਿੱਚ ਬਣਾਈ ਗਈ ਇਹ ਜਿਹੜੀ ਵਿਰਾਸਤੀ ਸਟ੍ਰੀਟ ਆ ਜੀ, ਇਹ ਜਿਹੜੇ ਬਾਹਰੋਂ ਆਉਣ ਵਾਲੇ ਸੈਲਾਨੀ ਨੇ ਉਹਨਾਂ ਦੇ ਵਾਸਤੇ ਖਿੱਚ ਦਾ ਕੇਂਦਰ ਜਿਹੜਾ ਉਹ ਬਣਦੀ ਆ। ਇਹ ਪਿਛਲੀ ਸਰਕਾਰ ਦੇ ਵੱਲੋਂ ਜਿਹੜੀ ਲੋਕ ਅਰਪਣ ਕੀਤੀ ਗਈ ਸੀ, ਸੋ ਇਹਦੀ ਮਕਬੂਲੀਅਤ ਨੂੰ ਪ੍ਰਚਾਰਨ ਤੇ ਵਾਸਤੇ ਪ੍ਰਸ਼ਾਸਨ ਦੇ ਵੱਲੋਂ ਤੇ ਸੈਰ ਸਪਾਟਾ ਵਿਭਾਗ ਜਿਹੜਾ ਜੀ ਉਹਦੇ ਵੱਲੋਂ ਇਹਦੇ ਸੰਬੰਧੀ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ। ਹਿੰਦੀ ਤੇ ਪੰਜਾਬੀ ਫਿਲਮਾਂ ਦੀ ਕਈ ਵਾਰੀ ਸ਼ੂਟਿੰਗ ਜਿਹੜੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੀ ਹੋਈ ਆ, ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਮਾਰਚ 16 ਤੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਤੇ ਰੋਕ ਲਾਈ ਹੋਈ ਆ। ਇਹਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਜਿਹੜੇ ਨੇ ਜੀ ਉਹਨਾਂ ਨੂੰ ਹੈਰੀਟੇਜ ਸਟ੍ਰੀਟ ਦੇ ਵਿੱਚ ਬਿਨਾਂ ਕਿਸੇ ਖਰਚ ਦੇ ਸ਼ੂਟਿੰਗ ਕਰਨ ਦਾ ਸੱਦਾ ਜਿਹੜਾ ਉਹ ਦਿੱਤਾ ਔਰ 22 ਨਵੰਬਰ ਤੋਂ ਇੱਥੇ ਇੱਕ ਫਿਲਮ ਦੀ ਜਿਹੜੀ ਆ ਜੀ ਉਹ ਸ਼ੂਟਿੰਗ ਹੋਣ ਜਾ ਰਹੀ ਹੈ। ਜਿਹੜੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹਨਾਂ ਦਾ ਇਹ ਕਹਿਣਾ ਕਿ ਵਿਰਾਸਤੀ ਮਾਰਗ ਯੋਜਨਾ ਦੇ ਉਹ ਡਾਇਰੈਕਟਰ ਵੀ ਨੇ, ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸ਼ੂਟਿੰਗ ਲਈ ਕੁਛ ਫਿਲਮ ਪ੍ਰੋਡਿਊਸਰ ਜਿਹੜੇ ਨੇ ਉਹਨਾਂ ਤੋਂ ਕੋਈ ਪੈਸਾ ਨਹੀਂ ਵਸੂਲਿਆ ਗਿਆ। ਬਾਲੀਵੁੱਡ ਦੇ ਜਿਹੜੇ ਫਿਲਮ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੂੰ ਇਹ ਖੁੱਲ੍ਹਾ ਸੱਦਾ ਦਿੱਤਾ ਗਿਆ ਕਿ ਜੇਕਰ ਉਹ ਇੱਥੇ ਆ ਕੇ ਸ਼ੂਟਿੰਗ ਕਰਨੀ ਚਾਹੁੰਦੇ ਨੇ ਤੇ ਇਹਦੇ ਵਾਸਤੇ ਉਹਨਾਂ ਤੋਂ ਕੋਈ ਕਿਰਾਇਆ ਜਿਹੜਾ ਜੀ ਉਹ ਵਸੂਲ ਨਹੀਂ ਕੀਤਾ ਜਾਊਗਾ, ਕੋਈ ਪੈਸਾ ਜਿਹੜਾ ਜੀ ਟੂਰਿਜ਼ਮ ਡਿਪਾਰਟਮੈਂਟ ਨਹੀਂ ਲਊਗਾ। ਟੂਰਿਜ਼ਮ ਡਿਪਾਰਟਮੈਂਟ ਦਾ ਇਹ ਕਹਿਣਾ ਕਿ ਇਹਦੇ ਨਾਲ ਜਿਹੜਾ ਜੀ ਇੱਕ ਤਾਂ ਇਹਦੀ ਜਿਹੜੀ ਦਿੱਖ ਦੇ ਚਰਚੇ ਨੇ ਉਹ ਵੱਡੇ ਪੱਧਰ ਦੇ ਉੱਤੇ ਹੋ ਸਕਦੇ ਨੇ ਕਿ ਕਿਸ ਕਿਸਮ ਦੀ ਇਹ ਬਣੀ ਆ, ਔਰ ਦੂਸਰਾ ਜਿਹੜਾ ਇਹ ਡਿਪਾਰਟਮੈਂਟ ਹੈ ਟੂਰਿਜ਼ਮ ਡਿਪਾਰਟਮੈਂਟ ਉਹਨੇ ਗੋਬਿੰਦਗੜ੍ਹ ਦਾ ਕਿਲਾ, ਅਟਾਰੀ ਸਰਹੱਦ, ਦੇਸ਼ ਦੀ ਵੰਡ ਸੰਬੰਧੀ ਮਿਊਜ਼ੀਅਮ ਵਾਲੀ ਇਮਾਰਤ, ਸਦੀ ਪੁਰਾਣੀ ਵਿਜੇ ਹਸਪਤਾਲ ਦੀ ਬਿਲਡਿੰਗ ਜਿਹਨੂੰ ਹੁਣ ਫੂਡ ਸਟ੍ਰੀਟ ਵਾਸਤੇ ਮੁਰੰਮਤ ਕਰਕੇ ਨਵਾਂ ਰੂਪ ਦਿੱਤਾ ਜਾ ਰਿਹਾ ਜੀ, ਕਿ ਇਹਨਾਂ ਨੂੰ ਵੀ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਜਿਹੜਾ ਜੀ ਇਹ ਫਿਲਮ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੇ ਵਿੱਚ ਪ੍ਰਚਾਰਿਆ ਜਾਊਗਾ ਤਾਂ ਕਿ ਉਹ ਇੱਥੇ ਆ ਕੇ ਜਿਹੜਾ ਜੀ ਸ਼ੂਟਿੰਗ ਵਗੈਰਾ ਕਰ ਸਕਣ। ਇਹ ਕਿਹਾ ਜਾਂਦਾ ਜੀ ਕਿ ਜਿਹੜੇ ਫਿਲਮ ਪ੍ਰੋਡਿਊਸਰ ਨੇ ਬਾਲੀਵੁੱਡ ਫਿਲਮਾਂ ਦੇ ਉਹ ਤਰਜੀਹ ਦਿੰਦੇ ਨੇ ਅਕਸਰ ਪੰਜਾਬ ਦੇ ਵਿੱਚ ਸ਼ੂਟਿੰਗ ਕਰਨ ਨੂੰ, ਕਿਉਂਕਿ ਇੱਥੇ ਜਿਹੜੀ ਉਹਨਾਂ ਨੂੰ ਬਹੁਤ ਸਾਰੀਆਂ ਪਰਮਿਸ਼ਨ ਨੇ ਉਹ ਸੌਖੀਆਂ ਮਿਲ ਜਾਂਦੀਆਂ ਨੇ ਜਿਹੜੀਆਂ ਵੱਖ ਵੱਖ ਡਿਪਾਰਟਮੈਂਟ ਤੋਂ ਲੈਣੀਆਂ ਪੈਂਦੀਆਂ ਨੇ। ਜੇ ਟੂਰਿਜ਼ਮ ਡਿਪਾਰਟਮੈਂਟ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੇ ਜ਼ਿਕਰ ਕੀਤਾ ਇਹਨਾਂ ਨੂੰ ਪ੍ਰਚਾਰਦਾ ਤਾਂ ਨਿਰਸੰਦੇਹ ਇਹਦੇ ਨਾਲ ਜਿਹੜਾ ਜੀ ਇੱਕ ਰੈਵਨਿਊ ਵੀ ਜਨਰੇਟ ਹੋ ਸਕਦਾ ਔਰ ਟੂਰਿਜ਼ਮ ਦੇ ਵਾਸਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਜੇਕਰ ਉਹਨਾਂ ਨੂੰ ਸੁਹਿਰਤਾ ਦੇ ਨਾਲ ਦੇਖਿਆ ਜਾਵੇ ਤਾਂ। ਇਹਨੂੰ ਮਹਿਸੂਸ ਹੋ ਸਕਦਾ ਜੀ ਕੁਛ ਲੋਕ ਧਰਮ ਦੇ ਪੁਆਇੰਟ ਆਫ ਵਿਊ ਤੋਂ ਨਾ ਲੈ ਲੈਣ, ਜੇ ਇਹ ਚੀਜ਼ਾਂ ਜਿਹੜੀਆਂ ਜੀ ਦਿਖਾਈਆਂ ਜਾਂਦੀਆਂ ਨੇ ਫਿਲਮਾਂ ਵਗੈਰਾ ਦੇ ਵਿੱਚ ਪੋਜ਼ਿਟਿਵ ਤਰੀਕੇ ਦੇ ਨਾਲ ਦਿਖਾਈਆਂ ਜਾਂਦੀਆਂ ਨੇ ਤਾਂ ਫਿਲਮਾਂ ਦੀ ਸ਼ੂਟਿੰਗ ਦੇ ਵਾਸਤੇ ਖਾਸ ਤੌਰ ਦੇ ਉੱਤੇ ਪੰਜਾਬ ਜਿਹੜਾ ਜੀ ਉਹ ਉੱਭਰ ਸਕਦਾ ਇੱਕ ਟੂਰਿਜ਼ਮ ਵਜੋਂ, ਪਰ ਇਹਦੇ ਲਈ ਇੱਕ ਸੁਹਿਰਤਾ ਔਰ ਇੱਕ ਕਮਿਟਮੈਂਟ ਜਿਹੜੀ ਆ ਜੀ ਉਹ ਜ਼ਰੂਰੀ ਹੋਊਗੀ, ਜਿਹੜੀ ਪਿਛਲੀਆਂ ਦੀ ਜਿੰਨੀਆਂ ਕੁ ਸਰਕਾਰਾਂ ਰਹੀਆਂ ਨੇ ਉਹਨਾਂ ਤੋਂ ਕਿਤੇ ਦਿਸੀ ਨਹੀਂ ਹੈ ਜੀ। ਤੇ ਅੱਗੇ ਆਪਾਂ ਨਗਰ ਨਿਗਮ ਚੋਣਾਂ ਦੀ ਜੇ ਗੱਲ ਕਰੀਏ, ਉਸ ਦੇ ਵਿੱਚ ਹਾਰੇ ਹੋਏ ਫੱਟ ਖਾਧੇ ਹੋਏ ਅਕਾਲੀ ਕਹਿੰਦੇ ਹਾਈਕੋਰਟ ਜਾਣਗੇ। ਬਿਲਕੁਲ ਜੀ, ਇੱਕ ਤਾਂ ਜਿਹੜੀ ਮਿਊਂਸੀਪਲ ਚੋਣਾਂ ਦੇ ਦੌਰਾਨ ਸੀਗੀ ਧੱਕੇਸ਼ਾਹੀ ਆ ਜੀ ਉਹਦੇ ਬੂਥਾਂ ਤੇ ਕਬਜ਼ੇ ਔਰ ਇਹਦੇ ਸੰਬੰਧੀ ਅਕਾਲੀ ਦਲ ਜਿਹੜਾ ਜੀ ਉਹ ਸਬੂਤ ਆਪਣੇ ਇਕੱਠੇ ਕਰ ਰਿਹਾ ਔਰ ਇਹ ਕਿਹਾ ਗਿਆ ਜੀ ਕਿ ਹਾਈਕੋਰਟ ਦੇ ਵਿੱਚ ਰਿੱਟ ਜਿਹੜੀ ਆ ਉਹ ਪਾਈ ਜਾ ਰਹੀ ਆ ਛੇਤੀ, ਕਿ ਹਾਈਕੋਰਟ ਨੂੰ ਜਿਹੜਾ ਇਹ ਕਿਹਾ ਜਾਊਗਾ ਕਿ ਇਹ ਚੋਣਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਜਾਣ। ਜਿਹੜਾ ਅਕਾਲੀ ਦਲ ਆ ਉਹ ਕਹਿੰਦਾ ਕਿ ਜੇ ਧੱਕੇਸ਼ਾਹੀਆਂ ਨਾ ਹੁੰਦੀਆਂ ਤੇ ਇੱਕ ਜਗ੍ਹਾ ਦੇ ਉੱਤੇ ਦੁਬਾਰਾ ਵੋਟਾਂ ਪਈਆਂ ਨੇ ਉਹਦੇ ਤਰੀਕੇ ਨਾਲ ਉਹਨਾਂ ਨੇ ਵੀ ਸਾਰੀਆਂ ਜਿਹੜੀਆਂ ਦੀ ਉਹ ਸੀਟਾਂ ਜਿੱਤ ਲੈਣੀਆਂ ਸੀਗੀਆਂ। ਪਟਿਆਲੇ ਦੇ ਵਿੱਚ ਖਾਸ ਤੌਰ ਦੇ ਉੱਤੇ 60 ਸੀਟਾਂ ਨੇ, 60 ਦੇ ਵਿੱਚੋਂ 59 ਜਿਹੜੀਆਂ ਦੀ ਉਹ ਕਾਂਗਰਸ ਨੇ ਜਿੱਤੀਆਂ ਨੇ, ਇੱਕ ਜਿਹਦੇ ਉੱਤੇ ਬਾਅਦ ਚ ਵੋਟਾਂ ਪਈਆਂ ਉਹ ਅਕਾਲੀ ਦਲ ਦੇ ਹਿੱਸੇ ਜਿਹੜੀ ਆ ਜੀ ਉਹ ਜ਼ਰੂਰ ਆਈ ਆ। ਅਕਾਲੀ ਦਲ ਦਾ ਪਟਿਆਲੇ ਦਾ ਸਾਬਕਾ ਜਿਹੜਾ ਜੀ ਉਹ ਮੇਅਰ ਅਮਰਿੰਦਰ ਸਿੰਘ ਬਜਾਜ ਉਹਦੀ ਪੱਗ ਲੱਥ ਗਈ ਸੀਗੀ ਇਸ ਲੜਾਈ ਦੇ ਵਿੱਚ ਔਰ ਇਹ ਵੀਡੀਓ ਵੀ ਜਿਹੜੀ ਆ ਜੀ ਉਹ ਵਾਇਰਲ ਹੋਈ ਸੀਗੀ।
ਜਿਹੜੇ ਅਮਰਿੰਦਰ ਸਿੰਘ ਬਜਾਜ ਆ ਜੀ ਉਹਨੇ ਇਹ ਗੱਲ ਕਹੀ ਆ ਕਿ ਉਹ ਵੀ ਇਹ ਮਾਮਲਾ ਜਿਹੜਾ ਜੀ ਅਕਾਲੀ ਦਲ ਦੇ ਨਾਲ ਗੱਲ ਕਰਕੇ ਤੇ ਹਾਈ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ। ਅਮਰਿੰਦਰ ਸਿੰਘ ਬਜਾਜ ਦਾ ਇਹ ਕਹਿਣਾ ਜੀ ਕਿ ਇੱਕ ਪੁਲਿਸ ਅਧਿਕਾਰੀ ਦੀ ਸ਼ਹਿਰ ਦੇ ਉੱਤੇ ਇੱਕ ਗਿਣੀ ਮਿੱਥੀ ਸਾਜਿਸ਼ ਦੇ ਦੌਰਾਨ ਉਹਦੀ ਪੱਗ ਜਿਹੜੀ ਆ ਉਹ ਲਾਈ ਗਈ ਆ। ਜਿਹੜੇ ਸੰਸਦ ਮੈਂਬਰ ਨੇ ਜੀ ਪ੍ਰੇਮ ਸਿੰਘ ਚੰਦੂਮਾਜਰਾ ਉਹ ਕਹਿੰਦੇ ਆ ਕਿ ਖਾਲਸਾ ਪੰਥ ਦੀ ਦਸਤਾਰ ਤੇ ਸ਼ਾਨ ਦੇ ਵੱਡੀ ਵੱਡੀ ਲੜਾਈ ਜਿਹੜੀ ਵੱਡੀ ਲੜਾਈ ਲੜਨ ਦੇ ਵਾਸਤੇ ਤਿਆਰ ਆ। ਵੈਸੇ ਪਿਛਲੇ 10 ਸਾਲਾਂ ਦੇ ਦੌਰਾਨ ਸਰਕਾਰ ਦੇ ਕਿੰਨੀਆਂ ਪੱਗਾਂ ਪੰਜਾਬ ਦੇ ਵਿੱਚ ਨੱਥੀਆਂ ਨੇ, ਜਾਂ ਤਾਂ ਉਹ ਖਾਲਸਾ ਪੰਥ ਨਹੀਂ ਸੀਗਾ ਜਾਂ ਫਿਰ ਉਸ ਦਸਤਾਰ ਦੀ ਸ਼ਾਨ ਨਹੀਂ ਸੀਗੀ ਜੀ, ਉਹ ਦਸਤਾਰ ਜਿਹੜੀ ਉਹ ਸ਼ਾਨ ਵਾਲੀ ਨਹੀਂ ਸੀ। ਉਹ ਚਾਹੇ ਬੇਰੁਜ਼ਗਾਰ ਹੋਣ, ਚਾਹੇ ਸਟੂਡੈਂਟਸ ਹੋਣ, ਕਿੰਨਿਆਂ ਦੀਆਂ ਜਿਹੜੀਆਂ ਜੀ ਉਹ ਪੱਗਾਂ ਲੱਥੀਆਂ, ਕਿਹੜੇ ਤਰੀਕੇ ਦੇ ਨਾਲ ਉਹਨਾਂ ਦਾ ਕੁਟਾਪਾ ਕੀਤਾ ਗਿਆ, ਉਹਨਾਂ ਦੇ ਵਾਲ ਤੱਕ ਜਿਹੜੇ ਜੀ ਉਹ ਪੁੱਟੇ ਗਏ, ਉਦੋਂ ਇਹ ਵਰਤਾਰਾ ਜਿਹੜਾ ਜੀ ਉਹ ਯਾਦ ਨਹੀਂ ਆਇਆ। ਹੁਣ ਜਿਹੜੇ ਜੀ ਇਹਦੇ ਉੱਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਦੀ ਵੱਖਰੀ ਜਿਹੜੀ ਇਹਦੀ ਸੋਚ, ਉਹਨਾਂ ਨੂੰ ਇਹ ਪੁੱਛਿਆ ਗਿਆ ਜੀ ਕਿ ਪੱਗ ਜਿਹੜੀ ਆ ਇੱਥੇ ਲਾਈ ਗਈ ਆ, ਇਹ ਮਾਮਲਾ ਸ਼੍ਰੋਮਣੀ ਕਮੇਟੀ ਵੀ ਵਿਚਾਰੂਗੀ, ਤਾਂ ਉਹਨਾਂ ਨੇ ਇਹ ਕਿਹਾ ਕਿ ਰਾਜਸੀ ਲੋਕ ਜਿਹੜੇ ਆ ਉਹ ਤਾਂ ਲੜਦੇ ਹੀ ਰਹਿੰਦੇ ਆ, ਪੱਗਾਂ ਲੈਂਦੀਆਂ ਰਹਿੰਦੀਆਂ ਨੇ, ਇਸ ਮਾਮਲੇ ਦੇ ਵਿੱਚ ਅਸੀਂ ਕਿਉਂ ਪੈਣਾ। ਜੀ ਜੀ, ਉਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਚੀਜ਼ਾਂ ਨਾਲ। ਤਾਂ ਅੱਗੇ ਆਪਾਂ ਸਿਰਸੇ ਦੀ ਗੱਲ ਕਰੀਏ, ਤੇ ਉਹਨਾਂ ਦੇ ਪ੍ਰੇਮੀਆਂ ਨੇ ਕੋਡ ਵਰਡ ਰਾਹੀਂ ਹਿੰਸਾ ਭੜਕਾਈ ਸੀ। ਇਹ ਐਕਚੁਲੀ ਜੀ ਜਿਹੜਾ ਹਰਿਆਣੇ ਦੀ ਪੁਲਿਸ ਹੈ ਉਹਨੇ ਇਹ ਦਾਅਵਾ ਕੀਤਾ ਕਿ ਜਦੋਂ ਪੰਚਕੂਲੇ ਦੇ ਵਿੱਚ ਇਹ ਹਿੰਸਾ ਭੜਕੀ ਆ ਤਾਂ ਉਦੋਂ ਕੁਛ ਸਪੈਸ਼ਲ ਕੋਡ ਜਿਹੜੇ ਆ ਉਹ ਰੱਖੇ ਗਏ ਸੀਗੇ। ਹਰਿਆਣੇ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਹਮਣੇ ਹਲਫਨਾਮਾ ਜਿਹੜਾ ਪੁਲਿਸ ਨੇ ਦਿੱਤਾ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਡੇਰਾ ਮੁਖੀ ਨੂੰ ਬਰੀ ਕਰਨ ਦੇ ਵਾਸਤੇ ਸਰਕਾਰ ਤੇ ਨਿਆਂਪਾਲਿਕਾ ਦੇ ਉੱਤੇ ਦਬਾਅ ਬਣਾਉਣ ਦੇ ਵਾਸਤੇ ਇੱਕ ਮੀਟਿੰਗ ਹੋਈ ਸੀਗੀ। ਇਹਦੇ ਵਿੱਚ ਹਨੀਪ੍ਰੀਤ ਜਿਹੜੀ ਕਿ ਇਸ ਵੇਲੇ ਪੁਲਿਸ ਦੀ ਉਹਨੇ ਜਿਹੜਾ ਜੇਲ੍ਹ ਦੇ ਵਿੱਚ ਆ ਜੀ ਉਹਦੇ ਉੱਤੇ ਦੇਸ਼ ਧਰੋਹ ਵਰਗੇ ਜਿਹੜੇ ਉਹ ਮੁਕੱਦਮੇ ਦਰਜ ਨੇ, ਉਹਨੇ 25 ਕਰੋੜ ਰੁਪਈਆ ਵੰਡਿਆ ਸੀਗਾ। ਜਿਹੜੇ ਪੁਲਿਸ ਦੇ ਡਾਇਰੈਕਟਰ ਜਨਰਲ ਨੇ PK ਅਗਰਵਾਲ, ਉਹਨਾਂ ਨੇ ਜਿਹੜੇ ਜਾਂਚ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਆ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ, ਉਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਡੇਰਾ ਪ੍ਰਬੰਧਕ ਤੇ ਸ਼ਰਧਾਲੂ ਜਿਹੜੇ ਸੀਗੇ ਜੀ ਉਹ ਟੈਲੀਫੋਨ ਦੇ ਉੱਤੇ ਬੜੇ ਇਸ ਪੱਖੋਂ ਚੌਕਸ ਰਹਿੰਦੇ ਸੀਗੇ ਕਿ ਕੋਈ ਸਿੱਧੀ ਗੱਲ ਜਿਹੜੀ ਆ ਜੀ ਉਹ ਨਾ ਕਹੀ ਜਾਵੇ। ਇਹਦੇ ਵਾਸਤੇ ਕੋਡ ਡੇਰੇ ਦੇ ਵੱਲੋਂ ਦਿੱਤੇ ਗਏ ਸੀਗੇ ਔਰ ਉਹਨਾਂ ਹੀ ਕੋਡ ਦਾ ਜਿਹੜਾ ਜੀ ਇਸਤੇਮਾਲ ਇਹ ਡੇਰੇ ਦੇ ਪ੍ਰੇਮੀ ਕਰਦੇ ਸੀਗੇ। ਜਦੋਂ ਇਹ ਗੱਲਬਾਤ ਕਰਦੇ ਸੀਗੇ ਤਾਂ ਇਹ ਕਹਿੰਦੇ ਸੀਗੇ ਜੀ ਕਿ ਪੌਦਾ ਰੋਪਣਾ ਭਾਵ ਕੇ ਗੋਡੀ ਕਰਨੀ ਆ ਔਰ ਟਮਾਟਰ ਫੋੜਨਾ, ਟਮਾਟਰ ਜਿਹੜੇ ਆ ਜੀ ਉਹ ਸੁੱਟਣੇ ਆ ਤੇ ਝਾੜੂ ਕੇਸ ਟਾਈਮ ਕੱਢਣੀ ਆ। ਇਹ ਝਾੜੂ ਕੱਢਣਾ ਜਿਹੜਾ ਸੀਗਾ ਇਹਦਾ ਇੱਟਾਂ ਵੱਟੇ ਤੇ ਡਾਂਗਾ ਸੋਟੇ ਜਿਹੜਾ ਸੀਗਾ ਜੀ ਉਹ ਕੱਢਣੇ ਸੀਗੇ। ਅਜਿਹੇ ਇਹ ਕੋਡ ਜਿਹੜੇ ਆ ਡੇਰੇ ਦੇ ਅੰਦਰ ਹੋਈ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਦਿੱਤੇ ਗਏ ਸੀਗੇ, ਜਿਹਦਾ ਮਤਲਬ ਜਿਹੜੀ ਹਰਿਆਣੇ ਦੀ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਸਿਰਫ ਹਿੰਸਾ ਤੇ ਸਾੜ ਫੂਕ ਕਰਨਾ ਹੀ ਉਹਨਾਂ ਦਾ ਮਕਸਦ ਜਿਹੜਾ ਉਹ ਸੀਗਾ। ਔਰ ਉਧਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਕੇਂਦਰ ਦੀ ਸਰਕਾਰ ਨੂੰ ਇਹ ਦੱਸਣ ਦੇ ਵਾਸਤੇ ਨਾਲ ਦੀ ਨਾਲ ਇਹਦੀ ਸੁਣਵਾਈ ਦੇ ਦੌਰਾਨ ਇਹ ਕਿਹਾ ਕਿ ਡੇਰਾ ਸਰਸਾ ਦੇ ਵਿੱਚ ਹੋਈਆਂ ਜਿਹੜੀਆਂ ਵਿੱਤੀ ਅਪਰਾਧਾਂ ਦੇ ਬਾਰੇ CBI ਦੀ ਜਿਹੜੀ ਅਪਰਾਧ ਵਿੰਗ ਤੋਂ ਜਾਂਚ ਜਿਹੜੀ ਆ ਜੀ ਉਹ ਕਰਾਈ ਜਾ ਸਕਦੀ ਹੈ ਜਾਂ ਨਹੀਂ। ਜਸਟਿਸ ਸੂਰਿਆਕਾਂਤ, ਜਸਟਿਸ ਅਗਸਟਿਨ ਜਾਜ ਮਸੀਹ ਤੇ ਜਸਟਿਸ ਅਵਨੀਸ਼ ਝਿੰਗਨ ਦੀ ਜਿਹੜੀ ਫੁੱਲ ਬੈਂਚ ਉਹਨੇ ਇਹ ਮਾਮਲਾ ਸੁਣਿਆ। ਹੁਣ ਜਿਹੜਾ ਜੀ ਇਹ ਕੇਂਦਰ ਦੀ ਸਰਕਾਰ ਦੇ ਉੱਤੇ ਨਿਰਭਰ ਹੈ ਕਿ ਉਹ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੁੱਛੇ ਗਏ ਇਸ ਸਵਾਲ ਦੇ ਜਵਾਬ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਕੀ ਕਹਿੰਦੇ ਆ। ਇਸ ਵੇਲੇ ਇਹਨਾਂ ਕੇਸਾਂ ਦੀ ਜਾਂਚ ਜਿਹੜੀ ਹੈ ਜੀ ED ਇਨਫੋਰਸਮੈਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਡਿਪਾਰਟਮੈਂਟ ਕਰ ਰਹੇ ਆ। ਜੀ ਜੀ, ਦੇਖੋ ਇਹਨਾਂ ਦਾ ਨਤੀਜਾ ਕੀ ਨਿਕਲਦਾ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਹਿਮਾਚਲ ਦੇ ਮੁੱਖ ਮੰਤਰੀ ਦੀ, ਤੇ ਲੱਗਦਾ ਹੈ ਕਿ ਕੱਲ੍ਹ ਤੱਕ ਫੈਸਲਾ ਹੋ ਜਾਏਗਾ। ਉਮੀਦ ਹੈ ਜੀ ਭਾਜਪਾ ਦੇ ਵਿਧਾਇਕ ਜੈਰਾਮ ਠਾਕੁਰ ਹਿਮਾਚਲ ਪ੍ਰਦੇਸ਼ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਅਹਿਮ ਚਿਹਰੇ ਵਜੋਂ ਜਿਹੜੇ ਆ ਜੀ ਉਹ ਉੱਭਰ ਕੇ ਸਾਹਮਣੇ ਆਏ ਨੇ। ਹਾਲਾਂਕਿ ਜਿਹੜਾ ਜੀ JP ਨੱਡਾ ਦਾ ਨਾਮ ਪਹਿਲਾਂ ਜਿਹੜਾ ਜੀ ਉਹ ਬੋਲ ਰਿਹਾ ਸੀਗਾ। ਗੁਜਰਾਤ ਦੇ ਵਿੱਚ ਭਾਜਪਾ ਵਿਧਾਇਕ ਜਿਹੜਾ ਜੀ ਆਪਣਾ ਨੇਤਾ ਚੁਣਨ ਦੇ ਵਾਸਤੇ 22 ਦਸੰਬਰ ਨੂੰ ਮੀਟਿੰਗ ਕਰਨਗੇ। ਕੇਂਦਰੀ ਅਬਜ਼ਰਵਰਾਂ ਦੇ ਨਾਲ ਹਿਮਾਚਲ ਦੇ ਨਵੇਂ ਵਿਧਾਇਕਾਂ ਦੀ ਜਿਹੜੀ ਬੈਠਕ ਆ ਉਹ ਮੁੱਖ ਮੰਤਰੀ ਬਾਰੇ ਫੈਸਲਾ ਲਏ ਜਾਣ ਦੀ ਇਹਦੀ ਉਮੀਦ ਹੈ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਾਸਤੇ ਠਾਕੁਰ ਜਿਹੜੇ ਨੇ ਉਹ ਯੋਗ ਬੈਠਦੇ ਆ ਕਿਉਂਕਿ ਉਹ ਭਾਜਪਾ ਦੇ ਵਿਦਿਆਰਥੀ ਵਿੰਗ ADVP ਦੇ ਮੈਂਬਰ, ਸੂਬਾਈ ਇਕਾਈ ਦੇ ਪ੍ਰਧਾਨ ਤੇ ਰਾਜ ਮੰਤਰੀ ਰਹੇ ਆ। 5ਵੀਂ ਵਾਰ ਵਿਧਾਇਕ ਉਹ ਚੁਣੇ ਗਏ ਆ ਜੀ। ਔਰ ਉਹਨਾਂ ਦੇ ਪੱਖ ਦੇ ਵਿੱਚ ਇਹ ਵੀ ਗੱਲ ਜਾਂਦੀ ਹੈ ਕਿ ਜੇ ਜੈਰਾਮ ਠਾਕੁਰ ਦੀ ਚੋਣ ਕੀਤੀ ਗਈ ਤਾਂ ਪਾਰਟੀ ਨੂੰ ਜ਼ਿਮਨੀ ਚੋਣ ਨਹੀਂ ਕਰਾਉਣੀ ਪਊਗੀ। ਕੇਂਦਰੀ ਅਬਜ਼ਰਵਰਾਂ, ਰੱਖਿਆ ਮੰਤਰੀ ਜਿਹੜੇ ਨੇ ਜਿਹਦੇ ਵਿੱਚ ਨਿਰਮਲਾ ਸੀਤਾਰਾਮਨ ਤੇ
ਨਰਿੰਦਰ ਸਿੰਘ ਤੋਮਰ ਇਹਨਾਂ ਦੇ ਵੱਲੋਂ ਭਾਜਪਾ ਵਿਧਾਇਕਾਂ ਦੇ ਵਿਚਕਾਰ ਵਿਚਾਰ ਜਾਣਨ ਦੇ ਵਾਸਤੇ ਉਹਨਾਂ ਦੇ ਨਾਲ ਇਕੱਲੇ ਇਕੱਲੇ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾਊਗੀ ਤੇ ਇਹ ਕੇਂਦਰੀ ਲੀਡਰਸ਼ਿਪ ਤੱਕ ਜਿਹੜਾ ਉਹ ਪਹੁੰਚਾਏ ਜਾਣਗੇ। ਜੈਰਾਮ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਤੇ ਵਿਧਾਇਕ ਰਾਜੀਵ ਬਿੰਦਲ ਦਾ ਜਿਹੜਾ ਨਾਂ ਆ ਉਹ ਵੀ ਚਰਚਾ ਦੇ ਵਿੱਚ ਹੈ। ਔਰ ਚੋਣ ਹਾਰਨ ਵਾਲੇ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰੇ ਪ੍ਰੇਮ ਕੁਮਾਰ ਧੂਮਲ ਦੀ ਸੰਭਾਵਨਾ ਨੂੰ ਵੀ ਇਹ ਕਿਹਾ ਜਾ ਰਿਹਾ ਕਿ ਰੱਦ ਨਹੀਂ ਕੀਤਾ ਜਾ ਸਕਦਾ। ਪਰ ਧੂਮਲ ਦਾ ਇਸ ਕਰਕੇ ਜਿਹੜਾ ਵੀ ਨਾਂ ਪਿੱਛੇ ਆਈ ਜਾਂਦਾ ਹੈ ਕਿ ਜੇ ਇੱਥੇ ਕਿਉਂਕਿ ਉਹਨੂੰ 6 ਮਹੀਨਿਆਂ ਦੇ ਵਿੱਚ ਚੋਣ ਜਿਹੜੀ ਆ ਉਹ ਲੜਨੀ ਪੈਣੀ ਆ। ਬੇਸ਼ੱਕ ਸਰਕਾਰ ਦੇ ਵਾਸਤੇ ਜ਼ਿਮਨੀ ਚੋਣ ਜਿੱਤਣੀ ਕੋਈ ਔਖੀ ਨਹੀਂ ਹੁੰਦੀ, ਪਰ ਜਿਸ ਕਿਸਮ ਦੇ ਨਾਲ ਕਾਂਗਰਸ ਦੀਆਂ ਵੀ ਇੱਥੇ 21 ਸੀਟਾਂ ਨੇ, ਭਾਰਤੀ ਜਨਤਾ ਪਾਰਟੀ ਸਮਝ ਸਕਦੀ ਹੈ ਕਿ ਕਿਤੇ 5-6 ਮਹੀਨਿਆਂ ਤੋਂ ਬਾਅਦ ਐਂਟੀ ਇਨਕੰਬੈਂਸੀ ਹੋਰ ਨਾ ਵੱਧ ਜਾਏ ਤੇ ਮੁੜ ਕੇ ਜਿਹੜਾ ਜੀ ਇਹ ਪੰਗਾ ਲੈਣਾ ਥੋੜਾ ਔਖਾ ਹੋ ਜਾਊਗਾ ਲੋਕਾਂ ਦੇ ਨਾਲ। ਇਸ ਕਰਕੇ ਉਹ ਕਿਸੇ ਜਿੱਤੇ ਦੇ ਵਿੱਚੋਂ ਜਿਹੜਾ ਜੀ ਉਹ ਸ਼ਾਇਦ ਬਣਾਉਣਾ ਚਾਹੁੰਦੀ ਹੈ। ਜੀ ਜੀ, ਤੇ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।